ਨਮਸਕਾਰ ਦਰਸ਼ਕੋ, ਮੈਂ ਕਿਰਨ ਵਿਸ਼ਿਸ਼ਟ ਲੈ ਕੇ ਹਾਜ਼ਰ ਹਾਂ ਖਰੀਆਂ 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 ਖਰੇ ਵਿੱਚ ਗੱਲ ਕਰਦੇ ਕਿ ਅਕਸਰ ਅਸੀਂ ਲੋਕ ਆਪਣੇ ਟੂ ਵੀਲਰਸ ਨੂੰ ਇਸ ਤਰ੍ਹਾਂ ਲੋਡ ਕਰ ਲੈਂਦੇ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਟੂ ਵੀਲਰ ਦੇ ਉੱਪਰ ਜਾਂਦੇ ਹੋਏ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖੀਏ ਅਤੇ ਸੇਫਟੀ ਵਰਤੀ ਨਹੀਂ ਜਾਂਦੀ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਜਿਸਦੇ ਵਿੱਚ ਪੁਲਿਸ ਮਹਿਕਮੇ ਵੱਲੋਂ ਇੱਕ ਅੱਛਾ ਕਦਮ ਚੱਕਿਆ ਗਿਆ ਅਤੇ ਇੱਕ ਬਾਈਕ ਸਵਾਰ ਨੂੰ ਜਾਂਦੇ ਹੋਏ ਰਾਹ ਵਿੱਚ ਰੋਕਿਆ ਗਿਆ। ਰੋਕਿਆ ਕਿਉਂ ਗਿਆ ਇਹ ਤੁਸੀਂ ਦੇਖੋ ਜ਼ਰਾ ਪਹਿਲਾਂ ਵੀਡੀਓ, ਫਿਰ ਕਰਦੇ ਗੱਲ। ਜ਼ਰੂਰੀ ਸਾਮਾਨ ਚਲੋ ਜ਼ਰੂਰੀ ਸਾਮਾਨ ਦੇਖ ਲੋ, ਕੱਪੜੇ ਖਰਾਬ ਹੋ ਗਏ, ਪਰੇਸ਼ਾਨ ਮਤ ਹੋ, ਕੋਈ ਦਿੱਕਤ ਨਹੀਂ। ਜਾਨ ਬਚੀ ਤਾਂ ਗਾੜੀ ਫਟ ਜਾਤੀ, ਰੁਕਿਓ ਰੁਕਿਓ, ਕੋਈ ਤੁਹਾਡਾ ਸਾਮਾਨ ਉਠਾਇਆ ਨਹੀਂ, ਪਰੇਸ਼ਾਨ ਨਾ ਹੋ। ਦੇਖੋ 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 ਆਪਣਾ ਟਾਇਰ ਪੰਮੀ ਦੇਖ ਨਾ, ਪਾਣੀ ਡਾਲੋ ਇਸਮੇ। ਬਸ ਤੋ ਨਹੀਂ ਇਸਮੇ, ਉਠਾ ਉਠਾ ਕੱਪੜੇ, ਉਠਾ ਲਓ, ਕੋਈ ਬਾਤ ਨਹੀਂ, ਉਠਾ ਲਓ ਕੱਪੜੇ। ਸੋ ਇਹ ਬਾਈਕ ਸਵਾਰ ਆਪਣੀ ਪਤਨੀ ਨਾਲ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਸਿਰਫ ਅਤੇ ਸਿਰਫ ਆਪਣੇ ਰਾਹ ਵੱਲ ਧਿਆਨ ਦਿੰਦਾ ਹੋਇਆ ਤੇਜ਼ੀ ਨਾਲ ਜਾ ਰਿਹਾ ਸੀ, ਲੇਕਿਨ ਇਸ ਬਾਈਕ ਦੇ ਉੱਪਰ ਜੋ ਸਮਾਨ ਅਨਲੋਡ ਕੀਤਾ ਹੋਇਆ ਸੀਗਾ, ਓਵਰਲੋਡ ਕੀਤਾ ਹੋਇਆ ਸੀਗਾ, ਉਸ ਸਮਾਨ ਦੇ ਨਾਲ ਰਗੜਾ ਖਾਣ ਕਰਕੇ ਅੱਗ ਲੱਗ ਜਾਂਦੀ ਹੈ ਅਤੇ ਅੱਗ ਲੱਗਣ ਦੇ ਨਾਲ ਅੱਗ ਇਹਨਾਂ ਵਿਸ਼ਾਲ ਰੂਪ ਲੈ ਸਕਦੀ ਸੀਗੀ। ਅਗਰ ਪੁਲਿਸ ਵਾਲੇ ਨਾ ਰੋਕਦੇ ਤਾਂ ਇਹ ਬਾਈਕ ਤੱਕ ਵੀ ਬਲਾਸਟ ਹੋ ਜਾਂਦੀ, ਜਿਵੇਂ ਕਿ ਇਸ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਰੋਕ ਕੇ ਇਹਨਾਂ ਦਾ ਜਿਹੜਾ ਸਾਰਾ ਸਮਾਨ ਹੈ ਬਾਈਕ ਤੋਂ ਉਤਰਵਾਇਆ ਅਤੇ ਕਾਫੀ ਸਮਾਨ ਤਾਂ ਜਲ ਵੀ ਚੁੱਕਿਆ ਸੀ, ਲੇਕਿਨ ਇਸ ਬਾਈਕ ਸਵਾਰ ਨੂੰ ਕੋਈ ਖਬਰ ਨਹੀਂ ਸੀ, ਇਹ ਬੇਖਬਰ ਹੋ ਗਏ, ਸਿੱਧੇ ਤੌਰ ਦੇ ਉੱਪਰ ਚੱਲਿਆ ਜਾ ਰਿਹਾ ਸੀਗਾ। ਅਤੇ ਹਮੇਸ਼ਾ ਹੀ ਜਦੋਂ ਬਾਈਕ ਦੀ ਸਵਾਰੀ ਕਰਦੇ ਹੋ ਜਾਂ ਲੰਬੇ ਰੂਟ 'ਤੇ ਜਾਂਦੇ ਹੋ ਤਾਂ ਤੁਸੀਂ ਆਪਣਾ ਜਿਹੜਾ ਸਮਾਨ ਹੈਗਾ ਉਹਨੂੰ ਸਹੀ ਤਰੀਕੇ ਨਾਲ ਇਸ ਦੇ ਉੱਪਰ ਕੈਰੀ ਕਰੋ, ਓਵਰਲੋਡ ਨਾ ਕਰੋ, ਤਾਂ ਜੋ ਅਜਿਹੀ ਕੋਈ ਘਟਨਾ ਨਾ ਵਾਪਰੇ ਜਿਹਦੇ ਨਾਲ ਨੁਕਸਾਨ ਹੋਵੇ। ਸੋ ਇਸ ਵੀਡੀਓ ਦੇ ਵਿੱਚ ਪੁਲਿਸ ਵਾਲਿਆਂ ਦਾ ਬਹੁਤ ਵਧੀਆ ਕੰਮ ਸੀਗਾ ਜੋ ਕਿ ਇਸ ਨੂੰ ਰੋਕ ਕੇ ਇਸ ਦੇ ਸਮਾਨ ਦੀ ਅੱਗ ਵੀ ਬੁਝਾਈ ਗਈ ਅਤੇ ਇਹਨੂੰ ਸਮਝਾਇਆ ਵੀ ਗਿਆ। ਸੋ ਇਸ ਤਰ੍ਹਾਂ ਦੇਖਦੇ ਰਹੋ ਖਰੇ ਖਰੇ, ਤਾਂ ਦੇਖਦੇ ਰਹਿਣਾ ਏਵਨ ਪੰਜਾਬੀ, ਨਿਡਰ ਨਿਰਪੱਖ ਅਤੇ ਨਵੀਂ ਸੋਚ। ਏਵਨ ਪੰਜਾਬੀ ਦੀ ਹਰ ਖਬਰ, ਹਰ ਪ੍ਰੋਗਰਾਮ ਨੂੰ ਦੇਖਣ ਲਈ ਯੂਟਿਊਬ ਤੇ ਫੇਸਬੁੱਕ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ। ਸਾਡੇ ਹਰ ਪ੍ਰੋਗਰਾਮ ਦੀ ਅਪਡੇਟ ਨੂੰ ਜਾਣਨ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।